लो जी लो जी, सानू मिल गया फ्री का गिफ्ट वाउचर, दो नाइट फ्रीज मिले सानू, ते दो टिकटां। ये सानू कित्थों मिलिया तुसीं वीडियो देखदे रहे, सानू सारा दसूंगा ते थोड़ा भी शायद मिल सकता। तुसीं ना कॉन्टैक्ट करो कंपनी वाले नाल ते तुसीं भी ले सकदे फ्री दे विच, इंडिया दे विच कितें भी दो नाइट रह सकदा मैं ते फिल्म देख सकदा। ये दसदा मैं किवें मिल सकदा ते आपां करदे वीडियो शुरू, ते वीडियो तुसीं देख रहे हो। मेरे वल्लों तुहानू सारिआं नूं प्यार भरी सति श्री अकाल। दो दिन बारे ते ਉਹਦੀ ਨਿਸ਼ਾਨੀ ਪਤਾ ਕਿੱਦਾਂ, ਆਹ ਦੇਖੋ ਸਰ ਅਖਬਾਰ ਮੈਂ ਜਾ ਕੇ ਦਰਖਤ ਤੇ 22 ਤਰੀਕ 23 ਤਰੀਕ 24 ਤਰੀਕ 24 ਤਰੀਕ ਦਾ ਜਿਹੜਾ ਨਵਾਂ ਅਖਬਾਰ ਆ ਗਿਆ ਹੁਣ 3 ਦਿਨ ਦੀਆਂ ਖਬਰਾਂ ਇਕੱਠੀਆਂ ਪੜ੍ਹਨੀਆਂ। ਹੁਣ ਕੁਝ ਚੈਨਲ ਬੰਦ ਹੋ ਚੁੱਕੇ ਜਿਹੜੇ ਮੇਰਾ ਖਬਰਾਂ ਆਪਣਾ ਇੱਕ ਜਿਹੜੇ ਨਿਊਜ਼ ਚੈਨਲ ਚੱਲਦੇ ਪੰਜਾਬ ਦੀ ਖਬਰ ਦਿਖਾਉਂਦੇ ਤੇ ਉਹ ਬੰਦ ਹੋ ਗਏ। ਇੱਕ ਤਾਂ ਲੋਕ ਪੰਜਾਬੀ ਲੋਕ ਚੈਨਲ, ਡੇਲੀ ਪੋਸਟ, ਆਪਣਾ ਇੱਕ ਏਅਰ, ਤਿੰਨ ਚੈਨਲ ਬੰਦ ਕਰਤੇ। ਉਹਨਾਂ ਕਰਕੇ ਨਾ ਹੁਣ ਖਬਰ ਦਾ ਇੰਨਾ ਪਤਾ ਨਹੀਂ ਲੱਗਦਾ। ਹੁਣ ਅਖਬਾਰ ਇਹਦਾ ਅਖਬਾਰ ਪਰ ਘਰ ਦੇ ਵਿੱਚ ਨਿਊ ਆਪਣਾ ਹੁਣ ਇੰਟਰਨੈਟ ਲੱਗਿਆ ਉਹਦੇ ਪਰ ਹੁਣ ਘਰ ਦੇ ਨਿਊਜ਼ ਚੱਲਦੀ ਨਹੀਂ ਹੈਗੀ। ਇਹਦੇ ਵਿੱਚ ਪੜ੍ਹਦੇ ਹਾਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਗਈ, ਉਹ ਪੂਰੀ ਖਬਰ ਪੜ੍ਹੂੰਗੇ ਕਿੱਥੋਂ ਕਿਆ ਕੁਛ ਸਾਰਾ ਫਿਰ ਡਿਟੇਲ 'ਚ ਦੱਸਾਂਗਾ। ਇਹ ਹੁਣ ਬਰਤਾਵ ਮੈਨੂੰ ਕਿਤੇ ਘੁਮਾ ਕੇ ਲਿਆ। ਜਦੋਂ ਘਰ ਦੇ ਉੱਧਰ ਗਏ ਅਤੇ ਮੈਂ ਉੱਧਰ ਗਿਆ ਫਿਲਮ ਸਿਟੀ ਦੇਖਣ, ਅਤੇ ਮੈਂ ਆਪਣਾ ਬਾਹਰ ਦੋਸਤਾਂ ਕੋਲ ਰਿਹਾ ਫਿਰ, ਅਤੇ ਉਹ ਵੀਡੀਓ ਸ਼ੂਟ ਕੀਤੀ ਨਹੀਂ। ਫਿਰ ਮੈਂ ਕਿਹਾ ਵੀ ਹੁਣ ਚਿੱਲ ਕਰਦੇ ਹਾਂ। ਇਹ ਰਹਿ ਗਿਆ ਅੰਦਰ, ਇਹ ਮਾਰੇ ਦਰਾਟ ਪਾਵੇ। ਫਿਰ ਮੈਨੂੰ ਫੋਨ ਆਇਆ, ਫਿਰ ਮੈਂ ਨਿੰਮੇ ਨੂੰ ਕਰਿਆ ਫੋਨ, ਨਿੰਮੇ ਨੇ ਫਿਰ ਕੱਢਿਆ ਫਿਰ ਤਰੀਕੇ ਨਾਲ ਇਹਨੂੰ ਚੱਲੀਏ ਫਿਰ ਚੱਲੀਏ। ਹੁਣ ਦੁਆਰੇ ਉਹ ਹੋ ਗਿਆ ਇਹ, ਹੁਣ ਵੀ ਕਾਇਮ ਹੋ ਗਿਆ ਦੁਆਰੇ, ਥੋੜ੍ਹੇ ਬਿਮਾਰ ਜਿਹਾ ਹੋ ਗਿਆ ਤੇ ਵਿੱਚ। ਹਾਂ ਜਾਣਾ, ਚੱਲ ਚੱਲੀਏ ਚੱਲੀਏ। ਪਹਿਲੀ ਥੱਕਿਆ ਹੋਇਆ, ਫਿਰ ਮੈਂ ਕਿਹਾ ਮੈਂ ਚਲਾ ਤੂੰ ਪਿੱਛੇ ਬੈਠ, ਠੀਕ ਆ। ਹੁਣ ਜੋਰ ਲਾਉਣ ਆਪਣੇ ਚੜਾਈ ਆ ਗਈ, ਮੇਰੇ ਵੀ ਡੈਡੀ ਵਾਲਾ ਸਾਈਕਲ ਖੜਾ, ਮੈਂ ਸੋਚਦਾ ਸਵਾਲ ਮੈਂ ਉਹਨੂੰ ਯਾਰ, ਗੋਡੇ ਵੀ ਬਹੁਤ ਬੜੇ ਬੜੇ ਹੋ ਗਏ ਆ, ਇਹਨੂੰ ਪੂਰੇ ਲੱਗਦੇ ਆ, ਲੱਗਦੇ। ਮੋਟਰ ਦੀ ਸਾਫ਼ ਸਫਾਈ ਚੱਲ ਰਹੀ ਆ ਤੇ ਕਿਆਰੀਆਂ ਬਣਾ ਕੇ ਇੱਥੇ ਕੁਛ ਲਾਵਾਂਗੇ, ਇੱਧਰ ਵੀ ਸਫਾਈ ਸਫਾਈ ਕਰਾ ਦੇਣੀ। ਇੱਧਰ ਨੀਟਾ ਬਾਈ ਆਇਆ ਹੋਇਆ, ਸਾਡੀ ਦਾਤੀ ਖੋ ਗਈ, ਦਾਤੀ ਨਹੀਂ ਲੱਭ ਰਹੀ ਹੈਗੀ, ਪਤਾ ਨਹੀਂ ਕਿੱਧਰ ਗਈ। ਅੱਜ ਆਹ ਖੇਤ ਵੀ ਬਹੁਤ ਹੀ, ਮੈਂ ਕਿਹਾ ਫਿਰ ਨਹੀਂ ਫਿਰ ਸੁੱਕ ਜਾਣਾ ਇਹ ਅਤੇ ਔਖਾ ਹੋ ਜਾਣਾ ਫਿਰ। ਕਿਹਾ ਹੁਣ ਸਰਬਜੀਤ ਨੂੰ ਫੋਨ ਕਰਕੇ, ਮੈਂ ਘਰ ਹੀ ਆ ਰਿਹਾ, ਮੈਂ ਤਾਂ ਪਹਿਲਾਂ ਪੁੱਜ ਜਾਵਾਂ, ਮੈਂ ਘਰ ਖੁੱਲ੍ਹੇ ਛੱਡ ਕੇ ਆ ਗਿਆ ਤਾ, ਲੋਕ ਲੁਕ ਲਾ ਕੇ ਨਹੀਂ ਤਾਂ ਬੋਲੂਗੇ। ਚੱਲਦਾ ਬੜੇ ਬੜੇ ਅੱਜ ਸਾਈਕਲ ਚਲਾਇਆ, ਹੁਣ ਨਾ ਕਈ ਦੇਰ ਬਾਅਦ ਆਪਾਂ ਸਾਈਕਲ ਚਲਾਉਂਦੇ ਹਾਂ, ਪੱਟ ਜੇ ਫੁੱਲ ਗਏ, ਉਹ ਜਿਹੜੇ ਮਸਲ ਨਹੀਂ ਪੱਟਾਂ ਵਾਲੇ ਉਹ ਫੁੱਲ ਗਏ। ਜਿੱਦਾਂ ਚੱਲਦਾ ਬੜੇ ਬੜੇ ਪਹੁੰਚਾ, ਮੈਂ ਨੇੜ ਦੇ ਵਿੱਚ ਆ, ਉਹ ਆ ਗਏ। ਮੈਨੂੰ ਕਹਿੰਦਾ ਲੋਕੇਸ਼ਨ ਪਤਾ ਲੱਗ ਜਾਂਦੀ ਫੋਨ ਦੇ ਵਿੱਚ ਨਾ, ਲੋਕੇਸ਼ਨ ਪਤਾ ਲੱਗ ਜਾਂਦੀ ਕਿੱਥੇ ਆ ਰਹੇ ਆ, ਕਿੰਨੀ ਕੁ ਦੂਰ ਹੈ। ਪਿੱਛੇ ਨੂੰ ਮੋੜ ਲਈ ਗੱਡੀ, ਅੱਛਾ ਮੈਂ ਹੁਣ ਕਾਲਜ ਜਾਣਾ ਹੋਣਾ ਮੈਨੂੰ ਲੱਗਦਾ। ਦੇਖੀ ਬੱਚੇ ਨੇ ਮਾਰੇ, ਮਿਲ ਮਿਲ ਜਾ ਕੇ ਮਿਲ, ਤੂੰ ਬਰਾਗ ਗਿਆ ਪਿਆ ਜ਼ਿਆਦਾ। ਦੇਖ ਲੈ ਕਿਆ ਚੋਰੀ ਹੋਇਆ, ਦੇਖ ਲੈ ਜੇ ਉਹ ਗੋਡ ਵੀ ਖੁੱਲ੍ਹਾ, ਇੱਧਰ ਵੀ ਖੁੱਲ੍ਹਾ, ਦੇਖ ਲੈ ਕਿਆ ਚੋਰੀ ਹੋਇਆ। ਬਹੁਤ ਡਾਲਰ ਪਏ ਤੇਰੇ ਕੋਲ, ਆਉਂਦੀ ਲੜਨ ਲੱਗ ਗਈ ਮੇਰੇ ਨਾਲ, ਲੈਣੀ ਨਹੀਂ। ਹਾਂ ਇਹ ਨਾ ਦਿੱਲੀ ਤੋਂ ਆਇਆ, ਦਿੱਲੀ ਆਪਣੀ ਮਾਸੀ ਨੂੰ ਚੜਾ ਕੇ ਆਇਆ, ਹਾਲੇ ਹੁਣ ਰੀਲਾਂ ਸ਼ੀਲਾਂ ਆਉਣਗੀਆਂ, ਉਹ ਏਅਰਪੋਰਟ ਜੱਫੇ ਜੁੱਫੇ ਪਾ ਕੇ ਮਿਲਦੇ ਨਾ, ਹਾਲੇ ਪਾਈਆਂ ਨਹੀਂ ਹੋਣੀਆਂ, ਨੈੱਟ ਕਰਕੇ ਹੁਣ ਘਰ ਆ ਕੇ ਪਾਉਣਗੇ, ਵੀਡੀਓ ਵੀ ਪਾਉਣਗੇ। ਹਾਲੇ ਦਿੱਲੀ ਦੇ ਮੈਟਾਂ ਨੂੰ ਕਿੱਥੇ ਤੱਕ, ਹਾਂ ਮੈਟਾਂ ਨੂੰ ਘਰ ਆ ਗਿਆ, ਕੱਲ੍ਹ ਵਾਪਸ ਆ ਗਿਆ ਜਦ ਤੁਸੀਂ ਕਿਹਾ ਹੁਣ ਆਉਣਾ ਨਹੀਂ ਹੈ, ਫਿਰ ਮੈਂ ਹੁਣ ਨਿੰਮੇ ਨੂੰ ਕਰਦੇ ਫੋਨ, ਆ ਕੇ ਲੈਂਦੇ ਇੰਨਾ ਕੁਛ ਇਹਦੇ ਵਿੱਚ। ਅੱਛਾ ਥੱਲੇ ਆ ਗਏ, ਲੈ ਵੀ ਐਂ ਕਰ ਹਾਂ, ਮੈਂ ਸਵੇਰ ਦਾ ਸਵੇਰ ਤੁਹਾਨੂੰ ਕੁਝ ਨਹੀਂ ਖਾਧਾ ਹੈਗਾ। ਅੱਛਾ ਇਹਦਾ ਡੈਡੀ ਫੌਜੀ ਹੈ,
ਕੰਟੀਨ ਚ ਚੀਜ਼ਾਂ ਸਸਤੀ ਮਿਲ ਜਾਂਦੀ ਨਾ ਦੇਖ ਲਓ ਵੀ ਲੋਕੋ ਇਹ ਕਿਆ ਕਹਿ ਹੁੰਦਾ ਹੈ ਤੇ ਉਹ ਕਹਿ ਕਹਣਾ ਤਾਂ ਮੈਂ ਹਾਂਜੀ ਰੋਟੀ ਹਾਂਜੀ ਰੋਟੀ ਚਾਹ ਕੁਛ ਨਹੀਂ ਖਾਦਾ ਪੀਤਾ ਮੈਂ ਕਦੇ ਹਾਂ ਤੁਸੀਂ ਸਵੇਰੇ ਉੱਠਿਆ ਮੈਂ ਦਿਲ ਨਾ ਕਰੇ ਹਾਂ ਕੋਈ ਗਾਣਾ ਨਹੀਂ ਤਾਂ ਆਇਆ ਹੈਗਾ ਅੱਜ ਮਾਂ ਦੇ ਹੱਥਾਂ ਦੀ ਰੋਟੀਆਂ ਖਾਣ ਨੂੰ ਬੜਾ ਦਿਲ ਕਰਦਾ ਅੱਜ ਮੇਰੀ ਵਾਈਫ ਦੇ ਹੱਥਾਂ ਦੀ ਰੋਟੀਆਂ ਖਾਣ ਨੂੰ ਬੜਾ ਦਿਲ ਕਰਦਾ ਲੈ ਭਾਈ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ ਹਾਂਜੀ ਲਓ ਜੀ ਲਓ ਰੋਟੀ ਸਾਡੇ ਵੀਅਤਨਾਮ ਟੂਰ ਦੀ ਤਿਆਰੀ ਚੱਲ ਰਹੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਮੈਂ ਅੱਜ ਪੋਸਟ ਬਦਲ ਕੇ ਪਾਈ ਜਿਹੜੀ ਵੀਅਤਨਾਮ ਟੂਰ ਚੱਲੇ ਹਾਂ ਅਤੇ ਉੱਥੇ ਜਦੋਂ ਮੈਂ ਬਾਹਰ ਜਾਂਦਾ ਸੀ ਆਹ ਨਿਊ ਗਲੋਬਲ ਕਾਰਡ ਚਲਾਉਂਦੇ ਹੁਣ ਮੈਨੂੰ ਇਹਦਾ ਪਤਾ ਲੱਗਿਆ ਜਿਹੜੇ ਫੋਰ ਐਕਸ ਚਾਰਜ ਨਾ ਲਾਉਣੇ ਸ਼ੁਰੂ ਕਰਤੇ ਵੀ ਜਦੋਂ ਆਪਾਂ ਅਸੀਂ ਚੇਂਜ ਕਰਾਉਂਦੇ ਨਾ ਉਦੋਂ ਬਾਅਦ ਚਾਰਜ ਲੱਗਦੇ ਹੁੰਦੇ ਹੁਣ ਇਹ ਸ਼ੁਰੂ ਕਰਤੇ ਇਹਨਾਂ ਨੇ ਫਿਰ ਉਹਨਾਂ ਨੇ ਇੱਕ ਮੈਨੂੰ ਮੈਸੇਜ ਆਇਆ ਇਹਨਾਂ ਦਾ ਨਿਊ ਗਲੋਬਲ ਵਾਲਿਆਂ ਦਾ ਫਿਰ ਇਹਨਾਂ ਦਾ ਮੈਂ ਦੂਜਾ ਕਾਰਡ ਮੰਗਾਇਆ ਤੁਹਾਨੂੰ ਹੁਣ ਮੈਂ ਇਹਨਾਂ ਦਾ ਨਾ ਆਹ ਨਿਊ ਗਲੋਬਲ ਹੈ ਆਹ ਬੈਂਕ ਇਹਨਾਂ ਦਾ ਐੱਸ ਵੀ ਐੱਮ ਬੈਂਕ ਹੈ ਠੀਕ ਹੈ ਆਹ ਤੁਸੀਂ ਐਪ ਡਾਊਨਲੋਡ ਕਰਕੇ ਤੁਸੀਂ ਕਾਰਡ ਮੰਗਾ ਸਕਦੇ ਇੱਦਾਂ ਦਾ ਏਅਰਪੋਰਟ 'ਤੇ 2 ਰੁਪਏ ਦੀ ਰੋਟੀ ਖਾਣੇ ਵਾਲਾ ਅਤੇ ਹੁਣ ਇਹਨਾਂ ਦਾ ਮੈਂ ਕ੍ਰੈਡਿਟ ਕਾਰਡ ਮੰਗਾਇਆ ਮੈਨੂੰ ਹੁਣ ਮੈਨੂੰ ਇੰਨਾ ਪਤਾ ਲੱਗਿਆ ਜਿਹੜਾ ਕ੍ਰੈਡਿਟ ਕਾਰਡ ਆ ਉਹਦੇ ਪਰ ਨਾ ਆਪਣੇ ਫੋਰੈਕਸ ਚਾਰਜ ਨਹੀਂ ਲੱਗਦੇ ਜੇ ਆਪਾਂ ਐਕਸਚੇਂਜ ਕਰਦੇ ਨਾ ਮਨੀ ਜੇ ਕੋਲ ਜਿਹੜਾ ਬੰਦਾ ਟਰੈਵਲਰ ਆ ਉਹ ਆਹ ਕਾਰਡ ਮੰਗਾ ਲਓ ਹੁਣ ਤਾਂ ਇਹਦੇ ਪਰ ਆਪਾਂ ਪੈਸੇ ਨਹੀਂ ਕਢਾ ਸਕਦੇ ਉੱਧਰ ਸਿਰਫ ਆਪਾਂ ਉੱਧਰ ਸ਼ੋਪਿੰਗ ਕਰ ਸਕਦੇ ਹਾਂ ਜਿੱਦਾਂ ਕੋਈ ਖਾਣਾ ਆ ਗਿਆ ਪਰ ਉਹਦੇ ਪਰ ਨੋਰਮਲ ਰੇਟ ਲੱਗਦੇ ਆ ਠੀਕ ਹੈ ਜੀ ਇਹ ਹੁਣ ਤੁਸੀਂ ਕਰ ਲਿਓ ਅਪਲਾਈ ਜਿਹੜੇ ਜਿਹੜੇ ਬੰਦੇ ਆਪਣੇ ਆਹ ਕਰ ਲਿਓ ਹੁਣ ਕ੍ਰੈਡਿਟ ਕਾਰਡ ਇਹਨਾਂ ਦਾ ਨਿਊ ਗਲੋਬਲ ਵਾਲਿਆਂ ਦਾ ਇਹ ਮੰਗਾਇਆ ਹੁਣ ਮੈਂ ਦੇਖ ਲਓ ਲੋਕਾਂ ਦੇ ਦਿਮਾਗ ਉਹ ਜਦ ਰੇਟ ਪੈਸੇ ਕੁਝ ਹੇਰ ਫਰੀ ਇਹਦੇ ਪਰ ਵੀ ਦੇਖ ਲੋਕਾਂ ਦਿਮਾਗ ਚੱਲ ਇਹਦੇ ਪਰ ਵੀ ਲੋਕ ਪੈਸੇ ਬਣਾਉਣ ਲੱਗ ਗਏ ਤੇ ਪੈਸੇ ਪਾ ਦੇਣੇ ਜਦੋਂ ਰੇਟ ਵੱਧ ਜਾਣਾ ਡਾਲਰ ਦਾ ਪੈਸੇ ਕਢਾ ਲੈਣੇ ਇੱਧਰ ਦੇ ਪਾ ਦੇਣੇ ਉੱਧਰ ਕਢਾ ਲੈਣੇ ਇੱਦਾਂ ਲੱਗਦੇ ਲੋਕ ਕਰਨ ਵੀ ਇਹਦੇ ਪਰ ਫਿਰ ਉਹਨਾਂ ਨੇ ਦੇਖੇ ਵੀ ਜ਼ਿਆਦਾ ਚੱਲ ਪਿਆ ਟ੍ਰਾਂਜੈਕਸ਼ਨ ਜ਼ਿਆਦਾ ਹੋਣ ਲੱਗ ਗਈਆਂ ਜਿਹੜੇ ਲੋਕ ਦਿਮਾਗ ਲੱਗ ਵੀ ਉਹਨਾਂ ਦਾ ਕਰਦਾ ਵੀ ਜਿਹੜੇ ਬੰਦੇ ਬਾਹਰ ਜਾਂਦੇ ਉਹਨਾਂ ਵੱਧ ਸੌਖਾ ਕਰੇਦਾ ਪਰ ਸਾਡੇ ਲੋਕਾਂ ਦਾ ਦਿਮਾਗ ਪੁੱਠੇ ਪਾਸੇ ਚੱਲਦਾ ਹੁਣ ਇਹਦੇ ਪਰ ਤੁਸੀਂ ਫਾਇਦਾ ਕੱਢਣ ਲੱਗ ਗਏ ਹੁਣ ਦੇਖੋ ਜਿਹੜੀ ਪੈਸੇ ਪਾ ਦੇਣ ਦੇਖੇ ਜਿਹੜੀ ਜਿਹੜੀ ਸਾਈਡ ਕਰੰਸੀ ਦਾ ਰੇਟ ਜ਼ਿਆਦਾ ਉਹ ਸਾਈਡ ਕਢਾ ਲੈਣ ਜਾ ਕੇ ਇੱਦਾਂ ਵੀ ਚੱਲ ਪਿਆ ਕੰਮ ਉੱਥੇ ਭੇਜ ਦੇਣਾ ਕੜ ਵੀ ਕਢਾਓ ਜਾ ਕੇ ਇੱਧਰ ਰੇਟ ਅਸੀਂ ਇੰਨੇ 'ਚ ਪਾਇਆ ਉੱਥੋਂ ਉੱਧਰ ਰੇਟ ਵੱਧ ਗਿਆ ਇੱਦਾਂ ਚੱਲ ਅਤੇ ਉੱਧਰ ਪਾ ਦੇਣਾ ਇੱਧਰ ਇੰਡੀਆ ਰੇਟ ਵੱਧ ਗਿਆ ਇੱਦਾਂ ਕਰ ਲੈਣਾ ਆਏ ਚੱਲ ਪਿਆ ਕੰਮ ਉਹਨਾਂ ਨੇ ਆਰ ਬੀ ਆਈ ਬੈਂਕ ਜਿਹੜੇ RBI ਕਹਿੰਦੇ ਆ ਮੇਰੇ ਖਿਆਲ 'ਚ ਹਾਂ ਉਹਨਾਂ ਨੇ ਫਿਰ ਬੰਦ ਕਰਤੇ ਮੈਸੇਜ ਮੈਨੂੰ ਵੀ ਆ ਮੈਸੇਜ ਆ ਗਿਆ ਤਾ ਵੀ ਫੋਰੈਕਸ ਬੰਦੇ ਕਰਤਾ ਵੀ ਇੰਟਰਨੈਟ ਟ੍ਰਾਂਜੈਕਸ਼ਨ ਨੇ ਤਾਂ ਬੰਦੇ ਕਰਤੇ ਦੀ ਫਿਰ ਹੈ ਨਾ ਹੁਣ ਪਤਾ ਕੀ ਸੋਚਾਂ ਦਾ ਰੱਬ ਜਾਣਦਾ ਹੁਣ ਕਿਹਾ ਜੋ ਕੋਈ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੋਵੇ ਕਾਰਡ ਬਾਰੇ ਤਾਂ ਜ਼ਰੂਰ ਮੈਨੂੰ ਮੈਸੇਜ ਕਰਿਓ ਅਤੇ ਹੁਣ ਆਪਾਂ ਕਰੀਏ ਇਹਦੀ ਹੁਣ ਕਰੀਏ ਆਪਾਂ ਇਹਦੀ ਇਨਬੋਕਸਿੰਗ ਦੇਖੀਏ ਕਿੱਦਾਂ ਦਾ ਆਇਆ ਕਾਰਡ ਬਣ ਕੇ ਡੱਬਾ ਤਾਂ ਬਹੁਤ ਸੋਹਣਾ ਇੱਥੋਂ ਆਏ ਕਰਕੇ ਇੱਧਰੋਂ ਆਏ ਕਰਕੇ ਸਾਡਾ ਧੱਕਾ ਚੱਲ ਪੈਣਾ ਖੁੱਲ੍ਹ ਜਾ ਕਾਰਡ ਕਾਰਡ ਦੀ ਕੁਝ ਚੀਜ਼ਾਂ ਮੈਂ ਨਹੀਂ ਦਿਖਾ ਸਕਦਾ ਹੈਗਾ ਇਹ ਸਾਡਾ ਦਿਖਾ ਦਿੰਦਾ ਜਸਵੀਰ ਕੌਰ ਮੇਰੀ ਵਾਈਫ ਦੇ ਨੰਬਰ ਮੰਗਾਇਆ ਮੈਂ ਪਿੱਛੇ ਗੇਮ ਵੀ ਖਤਮ ਅਤੇ ਚੱਲੀ ਉਹਨੂੰ ਘਰ ਨੂੰ ਆ ਮੁੰਡੇ ਹੋਰ ਆ ਗਏ ਇੱਧਰ ਪਾਸ ਚੱਲ ਗਏ ਚੱਲੇ ਕੰਧ ਫੜੇ ਫਟ ਮੇਰਾ ਡੀ ਸੀ ਬਾਈ ਆ ਗਿਆ ਡੀ ਸੀ ਬਾਈ ਦਾ ਲੈਫਟ ਲਾਉਂਦਾ ਹੁਣ ਮੈਂ ਚੱਲ ਵੀ ਡੀ ਸੀ ਬਾਈ ਦਾ ਸਕੂਟਰੀ ਬੜੀ ਘੈਂਟ ਆ ਤੇਰੀ ਕਿੱਦਾਂ ਬਾਈ ਲਓ ਜੀ ਸਾਨੂੰ ਬਾਊਚਰ ਮਿਲ ਗਿਆ ਹਾਂ ਠੀਕ ਹੈ ਜੀ ਬਹੁਤ ਸੋਹਣੀ ਲੋਕੇਸ਼ਨ ਆ ਹਾਂ ਬਹੁਤ ਸੋਹਣੀ ਲੱਗੀ ਹਾਂ ਹਾਂ ਜਿੱਥੇ ਮਾੜਾ ਹੋਟਲਾਂ ਗੱਲ ਕਰਿਆ ਮੈਂ ਜੁੜ ਮੈਂ ਜਾ ਕੇ ਵੀ ਕੀ ਹਿਸਾਬ ਕਿਤਾਬ ਹੈ ਬਹੁਤ ਸੋਹਣਾ ਹੋਟਲ ਲੱਗਿਆ ਮੈਨੂੰ ਯਾਰ ਸਾਡੇ ਰੋਪੜ 'ਚ ਰੋਪੜ ਸ਼ਹਿਰ ਮੈਨੂੰ ਤਾਂ ਪਤਾ ਹੀ ਨਹੀਂ ਤਾਂ ਇੱਥੇ ਬੈਠਣ ਬੁੱਠਣ ਵੀ ਹੈਗਾ ਸਾਰਾ ਕੁਛ ਬਣਾਇਆ ਹਨ ਵਧੀਆ ਹੈ ਉਹਦੇ ਤੋਂ ਸਾਹਮਣੇ ਨਹਿਰ ਹੈ ਮੈਂ ਦਿਖਾਉਂਦਾ ਬਾਹਰ ਨੂੰ ਜਾ ਕੇ ਬਾਕੀ ਗੱਲਾਂ ਮੈਂ ਘਰ ਜਾ ਕੇ ਦੱਸਦਾ ਇਸ ਬਾਊਚਰ ਬਾਰੇ ਹਾਂਜੀ ਜੇ ਮੈਂ ਕਿਤੇ ਦਿਨ 'ਚ ਆਉਂਦਾ ਨਾ ਬਹੁਤ ਸੋਹਣੀ ਲੋਕੇਸ਼ਨ ਮੈਂ ਨਹਿਰ ਚੱਲਦੀ ਪੂਰੇ ਇੱਧਰ ਆਹ ਇੱਧਰ ਪਿੱਛੇ ਹੋਟਲ ਮੈਂ ਦਿਖਾਵਾਂ ਜਿਹਦੇ ਪਿੱਛੇ ਤੁਹਾਨੂੰ ਦੇਖਣਾ ਨਹੀਂ ਇੱਧਰ ਹਾਂ ਉਹ ਤਾਂ ਬਹੁਤ ਸੋਹਣਾ ਲੱਗਿਆ ਕਿਤੇ ਦਿਨ 'ਚ ਬਾਰਾਂ ਹੀ ਗੜਾ ਇੱਥੇ ਦਿਨ 'ਚ ਫੰਕਸ਼ਨ ਕਰਨ ਮੈਂ ਪੁੱਛ ਕੇ ਇੱਥੇ ਪਾਰਟੀ ਪੁਲਟੀ ਦਾ ਕੀ ਹਿਸਾਬ ਦਾ ਵਾ ਸਾਰਾ ਕੁਛ ਪੁੱਛ ਕੇ ਆਇਆ ਮੈਂ ਸਾਹਮਣੇ ਨਹਿਰ 'ਚ ਮੈਂ ਦਿਖਾਉਂਦਾ ਅੱਗੇ ਜਾ ਕੇ ਉੱਥੇ ਲਾਈਟਾਂ ਬਲਦੀਆਂ ਅਤੇ ਆਹ ਨਹਿਰ ਦੇ ਨੇ ਇਹ ਸਾਡਾ ਨਹਿਰ ਹੈ ਥੋੜਾ ਇਹਨੂੰ ਉੱਚਾ ਕਰਨਾ ਚਾਹੀਦਾ ਇੱਧਰ ਹੈ ਨਾ ਹਾਂਜੀ ਇਹ ਸਾਈਡ ਕਿਸੇ ਨੂੰ ਪਤਾ ਹੀ ਨਹੀਂ ਰਾਤ ਨੂੰ ਪਤਾ ਹੀ ਨਹੀਂ ਲੱਗੇ ਹਾਂ ਲਓ ਜੀ ਹੁਣ ਤੁਹਾਨੂੰ ਇਹ ਸਾਰੇ ਵਾਊਚਰ ਬਾਰੇ ਦੱਸਦਾ ਮੈਂ ਅਤੇ ਅੱਜ ਗੱਡੀ ਖੜਾ ਦਿੱਤੀ ਇੱਧਰ
ਤੇ ਹੋਇਆ ਕੁਛ ਇੱਦਾਂ ਵੀ ਉੱਥੇ ਨਾ ਕਈ ਦਿਨ ਦੇ ਫੋਨ ਆਉਂਦੇ, ਪਰਸੋਂ ਦੇ ਕਾਲ ਆ ਰਹੀ ਸੀ ਵੀ ਸਾਡੇ ਇੱਥੇ ਆਓ। ਉਹ ਜਿਹੜੀ ਮੈਡਮ ਜੀ ਮੈਨੂੰ ਸਮਝਾਉਣ ਲੱਗ ਵਿਚਾਰੀ ਥੱਕੀ ਪਈ, ਮੈਂ ਕਿੰਨੇ ਕੁ ਬੰਦੇ ਨੂੰ ਮਿਲਣਾ, ਸਵੇਰ ਦੇ ਬਸ ਬਹਿ ਜਾਂਦੇ ਆ, ਕੋਈ ਆ ਜਾਂਦਾ ਕੋਈ ਚਲੀ ਜਾਂਦਾ। ਫਿਰ ਅੱਜ ਬਿਠਾਲੇ ਵੀ ਉਹਨਾਂ ਨੇ ਬਾਹਰ ਜਿੱਥੇ ਉਹਦੀ ਬਾਹਰ ਉੱਥੇ ਬਿਠਾਲੇ, ਕਹਿੰਦੇ ਬਾਹਰ ਤਾਂ ਮੱਛਰ ਵੀ ਬਹੁਤ ਅੱਜ, ਕਹਿੰਦੇ ਅੰਦਰ ਜਿੱਥੇ ਹੋਟਲ ਹੈ ਜਿਹੜਾ ਮੈਂ ਦਿਖਾਇਆ ਤੁਹਾਨੂੰ ਉਹ ਸਾਰਾ ਕਹਿੰਦੀ ਬੁੱਕ ਹੈ ਉਹ। ਅਤੇ ਜਿਹੜੀ ਜਿੱਦਾਂ ਮਹਿੰਦਰਾ ਕਲੱਬ ਹੈ ਉੱਦਾਂ ਦਾ ਸੀ, ਅਤੇ ਇਹ ਦੇ ਰਹੇ ਤਾਂ ਸਾਨੂੰ 43,000 ਦੇ ਵਿੱਚ 21 ਡੇਜ਼, 21 ਦਿਨ ਇੰਡੀਆ ਵਿੱਚ ਜਾਂ ਇੰਡੀਆ ਤੋਂ ਬਾਹਰ, ਵੀ 3 ਸਾਲ ਦੇ ਵਿੱਚ ਤੁਸੀਂ ਉਹ 21 ਦਿਨ ਤੁਸੀਂ ਹੋਟਲ ਦੇ ਵਿੱਚ ਰਹਿ ਜਾਓ। ਮਹਿੰਦਰਾ ਕਲੱਬ ਸੇਮ ਉਹੀ ਚੀਜ਼ ਤੀ। ਅਤੇ ਜੋ ਮੇਰੇ ਮਨ 'ਚ ਕੁਐਸਚਨ ਆਈ ਗਏ ਮੈਂ ਪੁੱਛੀ ਗਿਆ, ਫਿਰ ਦੱਸੀ ਗਏ ਮੈਡਮ ਵਿਚਾਰੀ ਥੱਕੀ ਹੋਈ ਬੋਲ ਹੋ ਮੇਰਾ, ਅਤੇ ਕਹਿੰਦੀ ਅਤੇ ਬਿੱਲੀ ਰੋਂਦੀ ਬਾਹਰ, ਭਜਾਓ ਉਹਨੂੰ ਮੁੜੇ ਜਾ ਕੇ। ਅਤੇ ਇਹ ਕਿਹੜੀ ਕੰਪਨੀ, ਬਾਕੀ ਮੈਨੂੰ ਤੁਸੀਂ ਦੱਸਿਓ ਵੀ ਆਹ ਕੰਪਨੀ ਹੈ ਨਾ ਇਹਦੀ, ਵੀ ਕੰਪਨੀ ਠੀਕ ਹੈ ਜਾਂ ਗਲਤ ਆ। ਉਹ ਤਾਂ ਲੱਗੇ ਵੀ ਕਿਤੇ ਪੈਸੇ ਇਕੱਠੇ, ਮੈਂ ਪੁੱਛਦਾ ਯਾਰ ਤੁਸੀਂ ਕਿੱਦਾਂ ਪੈਸੇ ਕਮਾ ਸਕਦੇ ਵੀ ਇਹ, ਮੈਂ ਉਹਨੂੰ ਪੁੱਛਿਆ ਮੈਂ ਤੁਸੀਂ ਕਿੱਦਾਂ ਇਹਦੇ ਵਿੱਚੋਂ, ਕਹਿੰਦੇ ਸੀ ਪ੍ਰੋਪਰਟੀ 'ਚ ਰੱਖ ਪੈਸੇ ਡੀਲ ਕਰਦੇ ਨੇ, ਤੁਹਾਨੂੰ ਕਿਆ ਬੱਚਾ ਦਵੇ ਗਿਆ। ਫਿਰ ਮੈਂ ਹਿਸਾਬ ਲਾਇਆ ਮੈਂ ਇੰਡੀਆ ਦੇ ਵਿੱਚ ਜੇ ਮੈਂ 43,000 ਤੁਹਾਨੂੰ ਦਿੰਦਾ, ਇੰਡੀਆ ਦੇ ਵਿੱਚ 2,000-2,500 ਤੁਹਾਨੂੰ ਤਾਂ ਰੂਮ ਮਿਲ ਜਾਂਦਾ ਇੱਥੇ, ਜਿਹੜੇ ਆਮ ਹੋਟਲ ਹੁੰਦੇ ਵਧੀਆ ਲੋਕੇਸ਼ਨ ਵਧੀਆ ਹੁੰਦੇ ਹੋਟਲ, ਅਤੇ ਜੇ ਅਸੀਂ 21 ਦਿਨ ਵੀ ਲਾਉਂਦੇ 40,000 ਬਣਦਾ, ਤਾਂ ਬਰਾਬਰ ਜੀ ਬਣਦਾ ਮੈਂ ਤੁਹਾਡਾ ਫਿਰ ਵੀ। ਅਤੇ ਚਲੋ ਦੇਖੋ ਬਾਈ ਵੀ ਉਹਨਾਂ ਨੇ ਬੰਦੇ ਫਸਾਉਣੇ ਹੁੰਦੇ। ਜਿਹੜਾ ਇਹ ਵੋਚਰ ਵੀ ਮਿਲਿਆ ਨਾ, ਇਹ ਉਹਨਾਂ ਨੇ ਇੱਦਾਂ ਦਿੱਤਾ ਵੀ ਜਦੋਂ ਆਫ ਸੀਜ਼ਨ ਹੋਊਗਾ, ਜਿੱਦਾਂ 7 ਸਤੰਬਰ 8 ਅਗਸਤ ਵਿੱਚ ਤੁਸੀਂ ਯੂਜ਼ ਕਰ ਸਕਦੇ ਜੇ ਮਨਾਲੀ ਜਾਣਾ ਜਾਂ ਸ਼ਿਮਲੇ ਜਾਣਾ, ਪੀਕ ਮਤਲਬ ਜਦੋਂ ਪੀਕ ਪਰ ਹੁੰਦਾ, ਹੁਣ ਜਿਹੜਾ ਵੀ ਆਹ ਮਈ ਜੂਨ ਜੁਲਾਈ ਪੀਕ ਉੱਥੇ ਚੱਲਦੇ, ਪੂਰੇ ਸਾਰੇ ਹੋਟਲ ਫਿਰ ਨਹੀਂ ਮਿਲਣੇ ਹੈਗੇ। ਜਿਹੜਾ ਆਪਣੇ ਮੂਵੀ ਵਾਲਾ ਵੋਚਰ ਹੈ, ਇਹ ਵੀ ਉਦੋਂ ਮਿਲਿਆ ਮੰਡੇ ਟੂ ਟਿਊਜ਼ਡੇ, ਉਹ ਦਿਨ ਤੁਸੀਂ ਜਾ ਸਕਦੇ ਜਦੋਂ ਕੋਈ ਹੁੰਦਾ ਨਹੀਂ, ਫਿਰ ਤੁਹਾਨੂੰ ਦੇਣੇ ਵੋਚਰ ਇੱਦਾਂ ਹੈ ਦੱਸ। ਅਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਤੁਹਾਨੂੰ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਹਾਂ ਹੁਣ ਕਿਸੀ ਇਹਨਾਂ ਇਸ ਡਿਸਟਿਨੇਸ਼ਨ ਜਾ ਕੇ ਫਿਰ ਕਰਦੇ ਹਾਂ। ਧੰਨਵਾਦ ਜੀ ਵੀਡੀਓ ਦੇਖਣ ਵਾਸਤੇ, ਵੀਡੀਓ ਲਾਈਕ ਐਂਡ ਸ਼ੇਅਰ ਕਰਦੇ ਕਰੋ।